एक प्राइवेट हस्पताल दे अंदर रो कुरला रहियां औरतां ते मौके ते सद्दी पुलिस। इस परिवार दे मासूम बच्चे दे नाल जो भाणा वापरिया ये परिवार सारा दोष इस हस्पताल दे डाक्टरां दी लापरवाही अते गुमराह करन दा लगा कारवाई दी मंग कर रहा है। मामला है जगराओं दा, जिथे पिंड लीला मेघ सिंह वासी करनैल सिंह दे तकरीबन 2 महीने दे बच्चे नू बुखार सी, जिस दे चलदिआं परिवार ने बच्चे नू जगराओं दे एक प्राइवेट हस्पताल च दाखल करवा दिता। इलाज दे दौरान बच्चे दी अचानक मौत हो गई। इस मामले नू लै परिवार वालिआं ने हस्पताल दे डाक्टरां ते जो दोष लगाए ने, सुनो परिवार वालिआं दी ही जुबानी। ਕੱਲ੍ਹ ਕਹਿੰਦੇ ਠੀਕ ਸੀਗੇ ਜੀ, ਹੁਣ ਕਹਿੰਦੇ ਰਾਤ ਸਵੇਰ ਸਾਨੂੰ ਫੋਨ ਆਇਆ ਵੀ ਅਸੀਂ ਤਾਂ ਸ਼ਾਮੀ ਗਏ, ਅਸੀਂ ਕਹਿੰਦੇ ਠੀਕ ਆ ਠੀਕ, ਅਸੀਂ ਸ਼ਾਮ ਰਾਤ ਪਹੁੰਚੇ ਪਿੰਡ, ਸਵੇਰ ਸਾਨੂੰ ਫੋਨ ਆਇਆ ਠੀਕ ਠੀਕ ਆ ਬੱਚਾ ਕਰਕੇ ਹੋਇਆ ਜੀ। ਠੀਕ ਆ ਜੀ, ਅਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ? ਇਹਨਾਂ ਰੱਦ ਹੋਣਾ ਚਾਹੀਦਾ, ਲਾਇਸੈਂਸ ਡਾਕਟਰਾਂ ਦੇ ਬੰਦ ਕਰਨੇ ਚਾਹੀਦੇ, ਤਾਲਾ ਲੱਗਣਾ ਚਾਹੀਦਾ ਇਹਨਾਂ ਦਾ। ਠੀਕ ਠੀਕ ਆ, ਤਾਂ ਫੇਰ ਤਾਂ ਤੁਸੀਂ ਐਡਮਿਟ ਕਰ ਲਓ, ਜੇ ਐਡਮਿਟ ਸਹੀ ਨਹੀਂ ਹੁੰਦਾ ਸਹੀ ਫਿਰ ਸਾਨੂੰ ਛੁੱਟੀ ਦੇ ਦਿਓ, ਰੈਫਰ ਕਰ ਦਿਓ ਸਾਨੂੰ। ਪਰ ਇਹਨਾਂ ਸਾਨੂੰ ਕਿਹਾ ਰੈਫਰ ਨਹੀਂ ਕਰਨਾ, ਭਰੋਸੇ ਦਵਾ ਕੇ ਸਾਨੂੰ ਪੇਸ਼ੈਂਟ ਐਡਮਿਟ ਕਰਾਇਆ ਮੇਰਾ, ਇਹ ਸਾਨੂੰ ਐਡਮਿਟ ਕਰਾ ਕੇ ਅਤੇ ਉਸ ਤੋਂ ਬਾਅਦ ਇਹਨਾਂ ਟ੍ਰੀਟਮੈਂਟ ਸ਼ੁਰੂ ਕਰਤਾ। ਹਾਂ ਉਹ ਅਮੈਕਸਰ ਤੋਂ ਜ਼ਿਆਦਾ ਸੀ, ਉਹ ਇਹਨਾਂ ਦੇ ਜਾਂਦੇ ਸੀ, ਪਰ ਉਹਦਾ ਸਾਨੂੰ ਕੋਈ ਫਰਕ ਨਹੀਂ ਪਿਆ। ਠੀਕ ਹੈ, ਦੁਬਾਰਾ ਤਾਂ ਇਹ ਬੱਚਾ ਹੀ ਦੁਬਾਰਾ ਇੱਥੇ ਐਡਮਿਟ ਕਰਾਇਆ ਵਾ, ਅਤੇ ਇਹਨਾਂ ਨੇ ਕਿਹਾ ਬੱਚਾ ਠੀਕ ਜਾਣਾ ਜੋ ਡਾਕਟਰ ਦੇ ਕਾਰਵਾਈ ਬਣਦੀ ਉਹ ਅਸੀਂ ਕਰਕੇ ਜਾਵਾਂਗੇ। ਸੋਨੂੰ ਕਦੋਂ ਦੱਸਿਆ ਗਿਆ ਵੀ ਬੱਚੇ ਦੀ ਮੌਤ ਹੋ ਚੁੱਕੀ ਹੈ? ਸਵੇਰੇ ਮੋਰਨਿੰਗ ਟਾਈਮ ਦੱਸਿਆ, ਉਹ ਵੀ ਅਸੀਂ ਆਪ ਦੇਖਿਆ ਬੱਚੇ ਨੂੰ, ਮੋਨੀਟਰ ਜਦੋਂ ਉਹਨਾਂ ਦਾ ਪਲੇਨ ਹੋ ਗਿਆ ਨਾ, ਹਾਰਟ ਬੀਟ ਕੋਲ ਚੱਲਦੀ ਹੋਈ ਉਹ ਡੈਡ ਹੋ ਚੁੱਕੀ ਸੀ। ਠੀਕ, ਸਟਾਫ ਉੱਥੇ ਬੈਠਾ ਸੀ, ਉਹਨੂੰ ਅਸੀਂ ਦੱਸਿਆ ਆਪ ਜਾ ਕੇ ਵੀ ਮੋਨੀਟਰ ਖੜ ਗਿਆ, ਬੱਚਾ ਡੈਡ ਹੋ ਗਿਆ। ਡਾਕਟਰ ਨੇ ਚੈੱਕ ਨਹੀਂ ਕੀਤਾ ਮਰੀਜ਼, ਉਹਦੇ ਕਰਕੇ ਪੇਸ਼ੈਂਟ ਸਾਡਾ ਖਰਾਬ ਹੋਇਆ ਵਾ, ਇਹਨੇ ਕਾਨੂੰਨੀ ਕਾਰਵਾਈ ਬਣਦੀ ਕੀਤੀ ਜਾਵੇ। ਬੱਚਾ ਤੰਦਰੁਸਤ ਤਾਂ ਸਹੀ ਹੈ ਵੀ ਤੁਹਾਨੂੰ ਕਿੱਥੇ ਜਾਣ ਦੀ ਲੋੜ ਨਹੀਂ ਗੀ, ਅਤੇ ਉਸ ਭਰੋਸੇ ਦੇ ਚੱਕਰ ਦੇ ਵਿੱਚ ਹੀ ਇਹਨਾਂ ਨੇ ਆਪਦੇ ਲਾਲਚ ਦੇ ਵਿੱਚ ਜਿਹੜੀ ਇੱਕ ਨਿੱਕੀ ਜਿਹੀ ਮਸ਼ੂਮ ਜਿੰਦ ਨੂੰ ਜਿਹੜਾ ਹੈਗਾ ਇਹਨਾਂ ਨੇ ਮਾਰ ਕੇ ਰੱਖ ਦਿੱਤਾ। ਇਸ ਕਰਕੇ ਇਹੋ ਜਿਹੜੇ ਡਾਕਟਰ ਆ ਜਿਹੜੇ ਪੈਸੇ ਦੇ ਲਾਲਚ ਦੇ ਵਿੱਚ ਆਮ ਪੇਸ਼ੈਂਟਾਂ ਨਾਲ ਗਰੀਬ ਵਰਗ ਦੇ ਲੋਕਾਂ ਦੇ ਨਾਲ ਧੱਕਾ ਕਰਦੇ ਆ ਜਾਂ ਗਰੀਬ ਲੋਕਾਂ ਦੇ ਨਾਲ ਉਹਨਾਂ ਨੂੰ ਮੂਰਖ ਬਣਾ ਕੇ ਪੈਸਾ ਬਟੋਰਦੇ ਆ, ਅਤੇ ਨਾਲ ਹੀ ਉਹਨਾਂ ਦੇ ਨਾਲ ਇਹੋ ਜਿਹੇ ਕਿ ਉਹਨਾਂ ਦੇ ਬੱਚਿਆਂ ਦੀ ਵੀ ਡੈਥ ਹੋ ਜਾਂਦੀ ਹੈ, ਅਤੇ ਇਹੋ ਜਿਹੇ ਜਿਹੜੇ ਡਾਕਟਰ ਉਹ ਬਚ ਜਾਂਦੇ ਆ, ਅਤੇ ਸਾਡੀ ਇਹੀ ਸਾਡਾ ਦੋਸ਼ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਨਾਲ ਇਹ ਗਲਤ ਕੰਮ ਹੋਇਆ, ਸਾਡਾ ਬੱਚੇ ਦੀ ਜਿਹੜੀ ਡੈਥ ਹੋਈ ਆ, ਅਤੇ ਇਸ ਇਹ ਅੱਗੇ ਕਿਸੇ ਤੋਂ ਨਾ ਹੋਵੇ, ਇਸ ਕਰਕੇ ਇਹੋ ਜਿਹੇ ਜਿਹੜੇ ਡਾਕਟਰ ਆ ਜਿਹੜੇ ਪੇਸ਼ੇ ਨੂੰ ਪੈਸੇ ਨੂੰ ਮੁੱਖ ਰੱਖ ਕੇ ਆਪਦਾ ਜਿਹੜਾ ਕਾਰੋਬਾਰ ਚਲਾ ਰਹੇ ਆ, ਅਤੇ ਅਨਟ੍ਰੇਡ ਬੱਚੇ ਜਿਹੜੇ ਕੁੜੀਆਂ ਮੁੰਡੇ ਰੱਖ ਕੇ ਉਹਨਾਂ ਤੋਂ ਇਹੋ ਜਿਹੇ ਹਾਦਸੇ ਕਰਵਾ ਰਹੇ ਆ, ਇਹੋ ਜਿਹੇ ਡਾਕਟਰਾਂ ਦੇ ਜਿਹੜੇ ਹਸਪਤਾਲ ਵੀ ਬੰਦ ਹੋਣੇ ਚਾਹੀਦੇ ਆ, ਅਤੇ ਇਹਨਾਂ ਦੇ ਜਿਹੜੇ ਲਾਇਸੈਂਸ ਉਹ ਰੱਦ ਹੋਣੇ ਚਾਹੀਦੇ ਆ, ਅਤੇ ਨਾਲੇ ਇਹਨਾਂ 'ਤੇ ਜਿਹੜੀ ਬਣਦੀ 300 ਤੋਂ ਕਤਲ ਦੀ ਜਿਹੜੀ ਧਾਰਾ ਲੱਗਦੀ ਆ, ਕਤਲ ਦੀ ਧਾਰਾ ਲਾ ਕੇ ਇਹਨਾਂ 'ਤੇ ਪਰਚਾ ਜਿਹੜਾ ਹੈਗਾ ਉਹ ਦਿੱਤਾ ਜਾਵੇ। ਸਾਡੀ ਇਹੀ ਸਾਰੇ ਪੱਤਰਕਾਰਾਂ ਨੂੰ ਰਿਕੁਐਸਟ ਆ, ਅਤੇ ਬਾਕੀ ਅਸੀਂ ਇੱਥੇ ਧਰਨਾ ਵੀ ਲਾਵਾਂਗੇ, ਮੁਜ਼ਾਹਰਾ ਵੀ ਕਰਾਂਗੇ ਜੇ ਇਹਨਾਂ 'ਤੇ ਕੋਈ ਬਣਦੀ ਕਾਰਵਾਈ ਨਾ ਕੀਤੀ। ਵੀਰ ਜੀ, ਪੁਲਿਸ ਆਈ ਆ, ਕੋਈ ਕਾਰਵਾਈ ਹੋਈ ਆ? ਜੇ ਪੁਲਿਸ ਆਈ ਆ, ਕੋਈ ਕਾਰਵਾਈ ਨਹੀਂ ਹੋਈ, ਜੇ ਕਾਰਵਾਈ ਨਹੀਂ ਹੋਊਗੀ ਤਾਂ ਅਸੀਂ SSP ਦੇ ਜਾਵਾਂਗੇ, ਜੇ SSP ਦੇ ਨਹੀਂ ਕੋਈ ਕਰੂਗਾ ਤਾਂ ਅਸੀਂ ਅੱਗੇ DGP ਸਾਹਿਬ ਦੇ ਵੀ ਰਿਕੁਐਸਟ ਕਰਾਂਗੇ। ਪੁਲਿਸ ਨੇ ਤੁਹਾਡਾ ਦੁੱਖ ਸੁਣਿਆ ਕਿ? ਪੁਲਿਸ ਆਈ ਆ, ਉਹਨਾਂ ਨੇ ਗੱਲ ਕੀਤੀ ਆ, ਪਰ ਹਜੇ ਕੋਈ ਬਣਦੀ ਕਾਰਵਾਈ ਨਹੀਂ ਕੀਤੀ। ਇਹਨਾਂ ਦੇ ਜਿਹੜਾ ਬੱਚੇ ਦੀ ਡੈਥ ਹੋਈ ਆ ਉਹਦੇ 'ਤੇ ਬਣਦਾ ਜਿਹੜਾ ਕਾਰਵਾਈ ਇਹਨਾਂ 'ਤੇ ਕੀਤੀ ਜਾਵੇ, ਇਹਨਾਂ 'ਤੇ ਪਰਚਾ ਕੀਤਾ ਜਾਵੇ ਤਾਂ ਕਿ ਹੋਰ ਕਿਸੇ ਦੇ ਨਾਲ ਇਹੋ ਜਿਹਾ ਕੋਈ ਅਣਗਾਉਣਾ ਜਿਹੜਾ ਕਾਰਵਾਈ ਇਹੋ ਜਿਹੀ ਦੁਬਾਰਾ ਕਿਸੇ ਹੋਰ। ਤੁਸੀਂ ਪੁਲਿਸ ਦੀ ਗੱਲ ਕੀਤੀ, ਪੁਲਿਸ ਤੁਸੀਂ ਮੰਗਾਈ ਆ ਕਿ ਹਸਪਤਾਲ ਵਾਲੇ? ਨਹੀਂ, ਪੁਲਿਸ ਅਸੀਂ ਮੰਗਾਈ ਆ ਜੀ। ਠੀਕ ਆ, ਤੁਸੀਂ ਲਿਖਤੀ ਦਰਖਾਸਤ ਕੋਈ ਦਿੱਤੀ ਆ? ਨਹੀਂ, ਦਿੱਤੀ ਨਹੀਂ ਅਸੀਂ, ਪਰ ਲਿਖਤੀ ਦਰਖਾਸਤ ਨਹੀਂ ਦਿੱਤੀ, ਕਿਉਂਕਿ ਸਾਨੂੰ ਹੁਣੀ ਪਤਾ ਲੱਗਿਆ, ਹੁਣ ਅਸੀਂ ਇਕੱਠੇ ਹੋਏ ਆ ਕਿ ਹੁਣ ਅਸੀਂ ਜਿਹੜੀ ਇਹ ਬਣਦੀ ਕਾਰਵਾਈ ਅਸੀਂ ਕਰਵਾਵਾਂਗੇ, ਅਤੇ ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਅਤੇ ਸਮਾਜਿਕ ਸਾਰੀਆਂ ਜਥੇਬੰਦੀਆਂ ਤੋਂ ਵੀ ਮੰਗ ਕਰਦੇ ਹਾਂ ਵੀ ਇਹੋ ਜਿਹੇ ਜਿਹੜੇ ਡਾਕਟਰ ਆ ਜਾਂ ਇਹੋ ਜਿਹੇ ਜਿਹੜੇ ਲੋਕ ਆ ਉਹਨਾਂ 'ਤੇ ਬਣਦੀ ਜਿਹੜੀ ਕਾਰਵਾਈ ਆ ਉਹ ਸਾਰੇ ਰਲ ਕੇ ਕਰਵਾਈਏ, ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਸਮਾਜ ਦੇ ਵਿੱਚ ਇਹੋ ਜਿਹੇ ਡਾਕਟਰ ਆ ਜਿਹੜੇ ਉਹਨਾਂ ਨੂੰ ਅਗਲ ਆਵੇ, ਉਹਨਾਂ ਨੂੰ ਪਤਾ ਲੱਗੇ ਵੀ ਜੇ ਕਿਸੇ ਨਾਲ ਗਲਤ ਕੰਮ ਕਰਦੇ ਆ ਜਾਂ ਉਹਨਾਂ ਦੀ ਕੋਈ ਕਾਰਵਾਈ ਨਹੀਂ ਕਰਦੇ ਤੇ ਉਹਨਾਂ 'ਤੇ। ਇਸ ਮਾਮਲੇ ਨੂੰ ਲੈ ਕੇ ਹਸਪਤਾਲ ਦੇ ਡਾਕਟਰਾਂ ਦਾ ਕੀ ਕਹਿਣਾ ਹੈ, ਲਓ ਸੁਣੋ।
ਸਡਨਲੀ ਬੁਖਾਰ ਵਧਿਆ। ਜਦੋਂ ਇਹ ਆਏ ਤਾਂ ਸਾਡੇ ਡਾਕਟਰਾਂ ਨੇ ਦੇਖਿਆ ਕਿ ਇਹਨੂੰ ਦੌਰੇ ਆ ਰਹੇ ਸੀਗੇ। ਪੁੱਛ ਪੜਤਾਲ ਕਰਨ 'ਤੇ ਪਾਇਆ ਗਿਆ ਕਿ ਇਹ ਦੌਰੇ ਘਰ ਵੀ ਆ ਰਹੇ ਸੀਗੇ, ਉਸੇ ਕਰਕੇ ਬੱਚਾ ਵਾਰ ਵਾਰ ਉਲਟੀਆਂ ਕਰ ਰਿਹਾ ਸੀਗਾ। ਜਿਹੜਾ ਇਨਫੈਕਸ਼ਨ ਹੁੰਦੀ ਹੈਗੀ ਹੈ ਇਹ ਛੋਟੇ ਬੱਚਿਆਂ ਦੇ ਵਿੱਚ ਕਾਫੀ ਜਲਦੀ ਉੱਤੇ ਫੈਲ ਜਾਂਦੀ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਫਲਮੀਨੈਂਟ ਸੈਪਸਿਸ 'ਚ ਚਲੇ ਜਾਂਦੇ ਨੇ, ਅਤੇ ਮੈਨਿੰਜਾਈਟਿਸ ਹੋ ਜਾਂਦਾ ਹੈ। ਆਪਾਂ ਇਸ ਚੀਜ਼ ਦੀ ਆਸ਼ੰਕਾ ਰੱਖੀ ਸੀਗੀ, ਦੌਰੇ ਰੋਕਣ ਲਈ ਦਵਾਈ ਸ਼ੁਰੂ ਕੀਤੀ ਸੀਗੀ, ਐਂਟੀਬਾਇਓਟਿਕ ਜਿਹੜੇ ਇਨਫੈਕਸ਼ਨ ਨਾਲ ਲੜਨ ਲਈ ਹੁੰਦੇ ਨੇ ਆਪਾਂ ਉਹ ਵੀ ਸ਼ੁਰੂ ਕੀਤੇ ਸੀਗੇ। ਘਰਦਿਆਂ ਦੀ ਸਹਿਮਤੀ ਦੇ ਨਾਲ ਇਸ ਚੀਜ਼ ਨੂੰ ਆਪਾਂ ਟੈਸਟ ਲੈ ਕੇ, ਜਿਹਨੂੰ ਲੰਬਾਰ ਪੰਕਚਰ ਕਹਿੰਦੇ ਨੇ, ਉਹ ਵੀ ਸ਼ੁਰੂ ਕੀਤਾ ਕਰਤਾ ਸੀਗਾ। ਉਹਦੇ ਟੈਸਟ ਦੇ ਵਿੱਚ ਮੈਨਿੰਜਾਈਟਿਸ ਦੀ ਹੀ ਸ਼ਿਕਾਇਤ ਆਈ ਹੈਗੀ ਹੈ, ਠੀਕ ਹੈ। ਇਸ ਜਿਹੜੀ ਜਦੋਂ ਮੈਨਿੰਜਾਈਟਿਸ ਜਾਂ ਜਿਹਨੂੰ ਆਪਾਂ ਕਹਿੰਦੇ ਹਾਂ ਦਿਮਾਗ ਦੀਆਂ ਜਿਹੜੀਆਂ ਲੇਅਰਾਂ ਹੁੰਦੀਆਂ, ਜਿਹੜੀ ਉਹਦੀ ਸੋਜਿਸ਼ ਆ ਜਾਂਦੀ ਹੈਗੀ ਹੈ ਬ੍ਰਦਰ, ਉਹਦੇ 'ਚ ਨਾ 0.1% to 1% ਚਾਂਸ ਹੁੰਦਾ ਬਲੀਡ ਹੋਣ ਦਾ, ਦਿਮਾਗ ਦੇ ਵਿੱਚ ਬਲੀਡ ਹੋਣ ਦਾ। ਇੱਕ ਨੋਰਮਲ ਸਕਿੰਨ ਹੈਗੀ ਹੈ, ਇੱਕ ਸੋਜਿਸ਼ ਵਾਲੀ ਹੈਗੀ ਹੈ। ਸੋਜਿਸ਼ ਵਾਲੀ ਸਕਿੰਨ ਦੇ ਉੱਤੇ ਥੋੜ੍ਹੀ ਜਿਹੀ ਵੀ ਹਲਚਲ ਛੋਟੇ ਬੱਚਿਆਂ 'ਚ ਬਹੁਤ ਜਲਦੀ ਬਲੀਡ ਕਰ ਦਿੰਦੀ ਹੈਗੀ ਹੈ। ਆਲ ਆਫ ਅ ਸਡਨ ਇਹ ਬੱਚੇ ਨੂੰ ਬਲੀਡ ਹੋਇਆ। ਆਪਾਂ ਬਲੀਡਿੰਗ ਨੂੰ ਰੋਕਣ ਵਾਸਤੇ ਜੋ ਅਵੇਲੇਬਲ ਮੈਡੀਕੇਸ਼ਨਸ ਹੈਗੀਆਂ ਨੇ, ਵਿਟਾਮਿਨ ਕੇ ਹੋਇਆ ਹੋਰ, ਉਹ ਆਪਾਂ ਸਾਰਾ ਸ਼ੁਰੂ ਕਰਤਾ ਸੀ। ਇਹ ਕੁਦਰਤ ਦਾ ਭਾਣਾ ਹੈਗਾ ਕਿ ਉਹਨੇ ਕਿਸੇ ਨੂੰ ਵੀ ਮੌਕਾ ਨਹੀਂ ਦਿੱਤਾ। ਜਿਸ ਤੋਂ ਪਹਿਲਾਂ ਕਿ ਅਸੀਂ ਉਹਨੂੰ ਵੈਂਟੀਲੇਟਰ ਤੋਂ ਕਨੈਕਟ ਕਰਨ ਦੀ ਸੋਚਦੇ ਵੀ ਉਹ ਪਰਮਾਤਮਾ ਨੂੰ ਚੱਲ ਵਸੇ ਨਹੀਂ। ਸਾਨੂੰ ਵੀ ਬਹੁਤ ਸ਼ੌਕ ਹੈ ਕਿ ਬਹੁਤ ਛੋਟੇ ਬੱਚੇ ਦੀ ਇਸ ਤਰ੍ਹਾਂ ਕਰਕੇ ਮੌਤ ਹੋ ਗਈ, ਬਟ ਇਸ ਵਿੱਚ ਡਾਕਟਰ ਸਾਹਿਬ ਦਾ ਜਾਂ ਡਾਕਟਰ ਸਾਹਿਬ ਦੇ ਸਟਾਫ ਦਾ ਕੋਈ ਰੋਲ ਨਹੀਂ ਹੈ। 2 ਮਹੀਨੇ ਦਾ ਬੱਚਾ ਬਹੁਤ ਹੀ ਨਾਜ਼ੁਕ ਔਰ ਬਹੁਤ ਹੀ ਉਹ ਹੁੰਦਾ ਹੈ, ਔਰ ਉਹਨੂੰ ਜਿਸ ਤਰ੍ਹਾਂ ਦਾ ਡਾਕਟਰ ਸਾਹਿਬ ਨੇ ਦੱਸਿਆ ਜਾਂ ਬੱਚੇ ਦੇ ਪੇਰੈਂਟਸ ਵੀ ਇਹ ਗੱਲ ਮੰਨਦੇ ਨੇ ਵੀ ਉਹਨੂੰ ਦਿਮਾਗੀ ਬੁਖਾਰ ਸੀ ਜੀ, ਉਹ ਕਹਿੰਦੇ ਜੀ ਸਾਨੂੰ ਕਿਹਾ ਗਿਆ ਵੀ ਦਿਮਾਗੀ ਬੁਖਾਰ ਨਹੀਂ ਹੈਗਾ ਗਾ, ਵੀ ਇਹ ਸਿੰਪਲ ਬੁਖਾਰ ਹੈ, ਬਟ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਉੱਤੋਂ ਪਰਮਿਸ਼ਨ ਲਿੱਤੀ ਵੀ ਇਹ ਬੁਖਾਰ ਜ਼ਿਆਦਾ ਹੈ ਇਹਨੂੰ, ਔਰ ਉਹਨੂੰ ਦੌਰੇ ਵੀ ਪੈ ਰਹੇ ਨੇ, ਨਾ ਨੋਰਮਲ ਬੁਖਾਰ ਦੇ ਵਿੱਚ ਬੱਚਿਆਂ ਨੂੰ ਦੌਰੇ ਨਹੀਂ ਪੈਂਦੇ ਜੀ। ਔਰ ਫਿਰ ਉਸ ਤੋਂ ਬਾਅਦ ਬੱਚੇ ਦੇ ਪੇਰੈਂਟਸ ਨੇ ਬੱਚੇ ਦੀ ਰੀੜ੍ਹ ਦੀ ਹੱਡੀ 'ਚੋਂ ਪਾਣੀ ਕੱਢਣ ਦੀ ਇਜਾਜ਼ਤ ਵੀ ਦਿੱਤੀ। ਉਹ ਕੋਈ ਨੋਰਮਲ ਬੁਖਾਰ ਹੁੰਦਾ ਤਾਂ ਫਿਰ ਉਹ ਕਿਉਂ ਇਜਾਜ਼ਤ ਦਿੰਦੇ ਜਾਂ ਕਿਉਂ ਲੋੜ ਪੈਂਦੀ ਇੰਨਾ ਕੁਛ ਕਰਨ ਦੀ ਡਾਕਟਰ ਸਾਹਿਬ ਨੂੰ? ਪ੍ਰੋਪਰ ਉਹਨਾਂ ਦੇ ਸਾਈਨ ਨੇ ਹਰ ਇੱਕ ਲਈ ਹੈ। ਹੁਣ ਬਾਕੀ ਤਾਂ ਦੇਖੋ ਜਦੋਂ ਕੋਈ ਵੀ ਬੰਦਾ, ਕੋਈ ਵੀ ਮੈਂ ਹੋਵਾਂ, ਚਾਹੇ ਮੈਂ ਵੀ ਕਦੇ ਵੀ ਕਿਸੇ ਬੱਚੇ ਦੀ ਮੌਤ ਜਾਂ ਆਪਣੇ ਕਿਸੇ ਰਿਸ਼ਤੇਦਾਰ ਦੀ ਮੌਤ ਨੂੰ ਜਲਦੀ ਐਕਸੈਪਟ ਨਹੀਂ ਕਰੂੰਗਾ ਜੀ। ਇਹ ਤਾਂ ਹੁਣ ਰੱਬ ਦਾ ਭਾਣਾ, ਜੋ ਵਰਤ ਗਿਆ ਸਾਰਿਆਂ ਨੂੰ ਇਸ ਚੀਜ਼ ਨੂੰ ਸਮਝਣਾ ਚਾਹੀਦਾ। ਪਰਿਵਾਰ ਫਿਰ ਇੱਕ ਐਲੀਗੇਸ਼ਨ ਹੀ ਲਗਾ ਰਿਹਾ ਜੀ? ਸਿਰਫ ਐਲੀਗੇਸ਼ਨ ਲਗਾ ਰਿਹਾ, ਡਾਕਟਰ ਸਾਹਿਬ ਕੋਲ ਸਾਰਾ ਰਿਕਾਰਡ ਹੈਗਾ, ਵੈ ਸਾਰੇ ਸਾਈਨ ਕੀਤੇ ਹੋਏ ਨੇ ਵੀ ਸਾਨੂੰ ਹਨੇਰੇ 'ਚ ਨਹੀਂ, ਅਸੀਂ ਬਿਲਕੁਲ ਵੀ ਹਨੇਰੇ 'ਚ ਨਹੀਂ ਉਹਨਾਂ ਨੇ ਰੱਖਿਆ ਹੈਗਾ ਗਾ। ਬਟ ਉਹੀ ਗੱਲ ਹੈ ਵੀ ਇਹ ਸਿਰਫ ਐਕਸੈਪਟੈਂਸ ਦੀ ਗੱਲ ਹੈ। ਜੇ ਤੁਸੀਂ ਉਸ ਚੀਜ਼ ਨੂੰ ਰੱਬ ਦੇ ਭਾਣੇ ਨੂੰ ਮੰਨਣ ਨੂੰ ਨਹੀਂ ਤਿਆਰ ਹੈਗੇ ਤਾਂ ਉਹ 'ਚ ਡਾਕਟਰ ਦਾ ਕੀ ਕਸੂਰ ਹੈ? ਇਹ ਆਪਣੀ ਕਿਸਮਤ ਮਾੜੀ ਹੈ, ਆਪਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ। ਪੂਰਾ ਕੰਮ ਵਿਜ਼ੀਬਿਲਟੀ ਨਾਲ ਹੀ ਹੋਇਆ, 100% ਸਾਈਨ ਹੈ ਉਹਨਾਂ ਕੋਲ, ਸਾਰਾ ਕੁਛ ਹੈ, ਰਿਕਾਰਡ ਹੈ, ਬੋਲਦਾ, ਐਵਰੀਥਿੰਗ, ਮੋਨੀਟਰ ਲੱਗੇ ਹੋਏ ਨੇ, ਅੱਜ ਕੱਲ੍ਹ ਤਾਂ ਇੰਨੀਆਂ ਸੁਵਿਧਾਵਾਂ ਨੇ। ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਮੈਡੀਕਲ ਬੋਰਡ ਬਣਾਇਆ ਗਿਆ। ਮੈਡੀਕਲ ਬੋਰਡ ਦੀ ਰਿਪੋਰਟ ਦੇ ਮੁਤਾਬਕ ਅਤੇ ਪਰਿਵਾਰਕ ਜੀਆਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਕੋਈ ਜਿਹੜਾ ਗਰਗ ਹੋਸਪਿਟਲ ਆ ਉੱਥੇ ਇੱਕ ਬੱਚਾ ਹੈ ਸਵਾ ਕੁ 2 ਮਹੀਨੇ ਦਾ, ਜਿਹਦੀ ਚਿਹਰੇ ਇਲਾਜ ਮੌਤ ਹੋ ਗਈ ਹੈ, ਡੈਥ ਹੋ ਗਈ ਹੈ। ਬੋਰਡ ਬਣਾਤਾ, ਜੋ ਵੀ ਹੋਇਆ, ਜੋ ਬੋਰਡ ਨੇ ਡਿਕਲੇਅਰ ਕੀਤਾ ਉਹਦੇ ਅਨੁਸਾਰ ਕਾਰਵਾਈ ਹੋਜੂ, ਟ੍ਰੀਟਮੈਂਟ ਲੈ ਕੇ ਬੋਰਡ ਬਣਾਤਾ, ਐਜ਼ ਪਰ ਜ਼ਾਬਤਾ ਕਾਰਵਾਈ ਅਮਲ 'ਚ ਲਿਆ ਰਿਹਾ। ਹੁਣ ਦੇਖਣਾ ਇਹ ਹੈ ਕਿ ਮੈਡੀਕਲ ਬੋਰਡ ਵੱਲੋਂ ਜਾਂਚ ਤੋਂ ਬਾਅਦ ਕੀ ਰਿਪੋਰਟ ਆਉਂਦੀ ਹੈ ਅਤੇ ਪੁਲਿਸ ਅੱਗੇ ਕੀ ਕਾਰਵਾਈ ਕਰਦੀ ਹੈ। ਬਿਊਰੋ ਰਿਪੋਰਟ, ਹਕੀਕਤ ਟੀਵੀ ਪੰਜਾਬੀ, ਜਗਰਾਓਂ। ਅੱਲਾ ਤਾਲਾ ਦੇ ਰਹਿਮਤ ਕਰਮ ਨਾਲ ਤੁਰੰਤ ਹੋਏਗਾ ਦੁਆ ਕਬੂਲ। ਰੂਹਾਨੀ ਅਤੇ ਤਿਲਸਮੀ ਇਲਮ ਦੇ ਮਾਹਿਰ ਮੀਆਂ ਕਾਸਿਮ ਹੁਸੈਨ ਅਜਮੇਰ ਵਾਲੇ, ਕਾਲ ਕਰੋ 9079477891। ਕੀਤਾ ਕਰਾਇਆ, ਸੌਤਨ ਦੁਸ਼ਮਨ ਤੋਂ ਛੁਟਕਾਰਾ, ਮੋਹਨੀ ਵਸੀਕਰਨ, ਔਲਾਦ ਸੁਖ, ਮਨਚਾਹਾ ਪਿਆਰ, ਪਿਆਰ 'ਚ ਧੋਖਾ, ਪ੍ਰੇਮੀ ਪ੍ਰੇਮਿਕਾ ਨੂੰ ਤਰਫਾਉਣਾ, ਪਤੀ ਪਤਨੀ 'ਚ ਅਨਬਨ, ਨੋਟ, ਜੋਤਿਸ਼, ਤਾਂਤਰਿਕ, ਬਾਬਿਆਂ ਤੋਂ ਨਿਰਾਸ਼, ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਸੰਪਰਕ ਕਰਨ, 100% ਗਰੰਟੀ ਨਾਲ ਕੰਮ ਹੋਵੇਗਾ। ਮੀਆਂ ਕਾਸਿਮ ਹੁਸੈਨ, ਕਾਲ ਕਰੋ 9079477891।